ਅਸਲਾਮੁਆਲੇਕਮ ਜੀ ਅੱਜ 17 ਨਵੰਬਰ ਬਰੋਜ਼ ਇਤਵਾਰ 2024 ਦੀ ਵੀਡੀਓ ਤੇ ਦੂਸਾ ਵੇਖ ਰਹੇ ਹੋ YouTube ਚੈਨਲ ਮੁਇਤਬਾ ਗੋਡ ਫਾਰਮ ਲੁਡਨ ਅੱਜ ਦੇ ਜਨਾਬ ਮੰਡੀ ਦੀ ਕੋਈ ਵੀਡੀਓ ਨਹੀਂ ਜਨਾਬ ਅੱਜ ਦੀ ਘਰ ਦੀ ਵੀਡੀਓ ਜਨਾਬ ਘਰੇਲੂ ਬੱਕਰਾ ਦੀ ਘਰੇਲੂ ਪੱਠਾ ਦੀ ਔਰ ਵੀਡੀਓ ਤੇ ਜਨਾਬ ਸਾਫ ਸੁਥਰੇ ਜਾਨਵਰ ਮੰਡੀ आले ਜਾਨਵਰ ਤੁਹਾਨੂੰ ਵਿਖਾਏ ਸਨ ਆਈ ਘਰ ਦੇ ਪੱਲੇ ਜਨਾਬ ਤੁਹਾਨੂੰ 3 ਜਨਵਰੀ ਦੀ ਲਾਡ ਵਿਖਾ ਦਿੰਨੇ ਆ ਤੁਸੀਂ ਵੇਖ ਰਹੇ ਹੋ YouTube ਚੈਨਲ ਮੋਇਤਬਾ ਗੋਡ ਫਾਰਮ ਲੁਡਾਨ ਤੇ ਗੁਜ਼ਾਰਿਸ਼ ਕਰਾਂਗਾ ਜਿਹੜੇ ਨਵੇਂ ਦੋਸਤ ਨੇ ਇਸ ਚੈਨਲ ਤੇ ਅਗਰ ਅਲੀ ਤੱਕ ਕੋਈ ਨਾ ਇਸ ਚੈਨਲ ਮੋਇਤਬਾ ਗੋਡ ਫਾਰਮ ਲੁਡਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਨੂੰ ਵੀ ਦਬਾਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦਾ ਰਹੇ ਲੋ ਜਨਾਬ ਪੱਠਾ ਚੈੱਕ ਕਰੋ ਮਾਸ਼ਾਅੱਲਾ ਮੱਖੀ ਜੀਨੀ ਜਨਾਬ ਪੱਠਾ ਲੰਬੇ ਕੰਨ ਜੋੜੇ ਗਾਂ ਤੇ ਚਿਪੜੇ ਸਿੰਘ ਤੇ ਡਬਲ ਡਿਵੀਜ਼ਨ ਆ ਪਠਾਣੇ ਦੋ ਪਠਾ ਤੋਂ ਵੀ ਖਾ ਰਹੇ ਹਨ ਉਮਰ ਜਨਾਬ ਇਹਨਾਂ ਦੀ 8-8 ਮਹੀਨੇ ਔਰ ਤੀਸਰੇ ਨੰਬਰ ਤੇ ਜਾਣਾਂ ਨਹੀਂ ਕਿਧਰੇ ਤੀਸਰੇ ਨੰਬਰ ਤੋਂ ਬਰੀਡਰ ਬੱਕਰਾ ਵਿਖਾਵਾਂਗੇ ਜਿਹੜਾ ਕੱਲਾ ਲੋਗ ਦੇ 35000 ਦਾ ਲੇਕਿਨ ਦੋ ਪਠਾ ਤੇ ਇੱਕ ਬਰੀਡ ਜਿਹੜਾ ਤਿੰਨ ਜਾਨਵਰ ਲਏਗਾ ਡਿਮਾਂਡ ਇਹਨਾਂ ਦੀ ਜਨਾਬ ਹੈ ਜੇ 33000 ਰੁਪਿਆ ਲੇਕਿਨ ਡਰੋ ਨਹੀਂ 33000 ਫਾਈਨਲ ਨਹੀਂ ਹੈ ਜਿਹੜਾ ਤਿੰਨੇ ਜਾਨਵਰ ਇਕੱਠੇ ਲਏਗਾ ਉਹਨੂੰ ਫਾਈਨਲ ਫਾਈਨਲ 26 26000 ਦੇ ਹਿਸਾਬ ਨਾਲ ਤਿੰਨੇ ਜਾਨਵਰ ਮਿਲ ਜਾਣਗੇ ਇਹ ਹੈਗਾ ਜੀ ਬੱਕਰਾ 8 ਮਹੀਨਾ ਵਾਲਾ ਉਮਰ ਜਨਾਬ ਤਿੰਨਾਂ ਦੀ 8 8 ਮਹੀਨੇ ਆ ਗਈ ਬੱਕਰਾ ਚਾਹ ਤੇ ਕੁਰਬਾਨੀ ਤੇ ਲਾ ਲਓ ਚਾਹ ਤੇ ਪੱਠਾ ਵਾਸਤੇ ਰੱਖ ਲਓ ਔਰ ਚੀਜ਼ਾਂ ਤਿੰਨੇ ਜਨਾਬ ਚੰਗੀਆਂ ਨੇ ਡਬਲ ਹੱਡੀ ਵਿੱਚ ਬੱਕਰਾ ਪਿਆ ਹੈ ਟੋਰ ਫੇਰ ਕੇ ਵਿਖਾਣ ਦਾ ਹੀ ਮਕਸਦ ਹੁੰਦਾ ਹੈ ਕਿ ਜਿਹੜੇ ਵੀ ਦੋਸਤ ਇਹਨਾਂ ਚਾਹੁੰਦੇ ਨੇ ਜਾਂ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਪਤਾ ਚੱਲੇ ਕਿ ਜਾਨਵਰ ਸਾਫ ਸੁਥਰੇ ਨੇ ਅੰਨ ਲੰਗੜੇ ਲੂਲੇ ਨਹੀਂ ਆਗੇ ਨੇ ਤੇ ਹਰ ਤਰ੍ਹਾਂ ਦੀ ਗਰੰਟੀ ਹੋਏਗੀ ਜਨਾਬ ਜਿਹੜੇ ਸ਼ਹਿਰੇ ਕਹੋਗੇ ਉਸ ਸ਼ਹਿਰ ਦੇ ਇਨਸ਼ਾਅੱਲਾ ਪਹੁੰਚਾ ਵੀ ਦੇਾਂਗੇ ਨੰਬਰ ਜਨਾਬ ਸਕਰੀਨ ਤੇ ਚਾਹ ਰਿਹਾ ਇੱਕ ਵਾਰੀ ਦੱਸ ਦਈਏ 0312 1692037 WhatsApp ਨੰਬਰ ਹੈ ਇਸ ਨੰਬਰ ਤੇ رابطہ ਕਰਕੇ ਤੁਸੀਂ ਵੀਡੀਓ ਕਾਲ ਤੇ ਵੀ ਵੇਖ ਸਕਦੇ ਹੋ ਜੋ ਚੀਜ਼ ਵੀ ਖਾਵਾਂਗੇ ਉਹੀ ਭੇਜਾਂਗੇ ਕੋਈ ਅਦਲੀ ਬਦਲੀ ਵਾਲੀ ਗੱਲ ਨਹੀਂ ਹੋਏਗੀ ਮੰਡੀਆਂ ਦੀ ਤੁਹਾਨੂੰ ਅਪਡੇਟ ਦੇ ਦਿੱਤੀ ਹੈ ਗਰੀਲੂ ਜਾਨਵਰਾਂ ਦੀ ਜਨਾਬ ਅਪਡੇਟ ਦੇ ਦਿੱਤੀ ਹੈ ਤੇ ਕੱਲ ਇਨਸ਼ਾਅੱਲਾ ਸੋਮਵਾਰ ਤੇ ਜਮਲੇਰਾ ਮੰਡੀ ਦੀ ਇਨਸ਼ਾਅੱਲਾ ਅਪਡੇਟ ਦੇਾਂਗੇ ਅਗਰ ਜ਼ਿੰਦਗੀ ਰਹੀ ਤਾਂ ਕੱਲ ਜਮਲੇਰਾ ਮੰਡੀ ਦੀ ਜਨਾਬ ਅਪਡੇਟ ਦੇਾਂਗੇ ਆ ਜਨਾਬ ਘਰ ਦੇ ਪੱਲੇ ਹੋ ਜਾਨਵਰ ਦੋਸਤਾਂ ਨੂੰ ਵਿਖਾ ਰਹੇ ਆ ਤੇ ਚੀਜ਼ਾਂ ਚੰਗੀਆਂ ਨੇ ਮਾਸ਼ਾਅੱਲਾ ਇਹੋ ਜਿਹੇ ਜਾਨਵਰ ਬੜੇ ਹੀ ਘੱਟ ਹੁੰਦੇ ਨੇ ਜਿਹੜੇ ਘਰਾਂ ਦੇ ਪੱਲੇ ਹੁੰਦੇ ਨੇ ਕਿਉਂਕਿ ਘਰ ਦਾ ਜਾਨਵਰ ਜਿਹੜਾ ਵੀ ਲਓਗੇ ਸਾਫ਼ ਸੁਥਰਾ ਜਾਨਵਰ ਹੋਏਗਾ ਜਨਾਬ ਉਦੀ ਕੋਈ ਪਰੇਸ਼ਾਨੀ ਨਹੀਂ ਹੋਏਗੀ ਦੋਵੇਂ ਪੱਠਾ ਨੇ ਤੇ ਥਣ ਵੀ ਜਨਾਬ ਦੋ ਦੋ ਆ ਗਏ ਨੇ ਬਾਦੂਕਾਤ ਬੇਟ ਹੁੰਦੇ ਨੇ ਤੇ ਹਵਾਨਾ ਸੋਹਣਾ ਨਹੀਂ ਬਣਦਾ ਵੱਡੀਆਂ ਜਦੋਂ ਬੱਕਰੀਆਂ ਹੋ ਜਾਣ ਤੇ ਫਿਰ ਜਨਾਬ ਉਹਨਾਂ ਦੇ ਥੜਾਂ ਦੇ ਵਿੱਚੋਂ ਦੁੱਧ ਵੀ ਸਹੀ ਤਰੀਕੇ ਨਾਲ ਨਹੀਂ ਆਉਂਦਾ ਜਿਸ ਵਜ੍ਹਾ ਤੋਂ ਮੈਂ ਇਹ ਦੋਸਤਾਂ ਨੂੰ ਦੱਸ ਰਿਹਾ ਕਿ ਦੋ ਦੋ ਥਣ ਵਾਲੀਆਂ ਨੇ ਕੋਈ ਬெட் ਸ਼ੀਟ ਨਹੀਂ ਆਏਗਾ ਸਾਫ਼ ਸੁਥਰੀਆਂ ਚੀਜ਼ਾਂ ਨੇ ਅੱਜ ਦੀ ਡੇਟ ਹੈ ਤੁਸੀਂ ਜਨਾਬ رابطہ ਕਰ ਸਕਦੇ ਹੋ ਬਾਜ਼ੂਗਾ ਜਾਨਵਰ ਸੇਲ ਹੋ ਜਾਂਦੇ ਨੇ ਤੇ ਦੋਸਤ ਬਾਅਦ ਇਹ رابطہ ਕਰ ਲੈ ਜਨਾਬ ਕਿ ਫਲਾਹ ਦੇਣ ਦੀ ਵੀਡੀਓ ਲੱਗੀ ਹੋਈ ਸੀ ਜਾਨਵਰ ਹੈ ਨਹੀਂ ਜਾਂ ਸੇਲ ਹੋ ਗਿਆ ਤੇ ਇਸੇ ਵਜ੍ਹਾ ਤੋਂ ਜਨਾਬ ਦੋਸਤਾਂ ਨੂੰ ਦੱਸ ਰਿਹਾ ਪਿਛਲੇ ਜਮਰਾਤ ਨੂੰ ਤੁਹਾਨੂੰ ਇੱਕ ਲਾੜ ਰੀ ਖਾਈ ਸੀ ਬੱਕਰਾ ਦੀ ਦੋਸਤਾਂ ਨੂੰ ਕਿਹਾ ਸੀ ਕਿ ਜਿਹੜਾ ਖਰੀਦਣਾ ਚਾਹਦਾ ਅੱਜ ਹੀ ਖਰੀਦ ਸਕਦਾ ਹੈ ਕੱਲ ਜਨਾਬ ਮੰਡੀ ਲਾਇਆ ਜਾਵਾਂਗੇ ਉਹ ਜਨਾਬ ਕੁਝ ਵੇਚਿਆ ਸਾਂ ਤੇ ਕੁਝ ਮੰਡੀ ਲਾਇਆ ਗਿਆ ਸਾਂ ਤੇ ਇਸੇ وجہ ਤੋਂ ਦੱਸ ਰਿਹਾ ਕਿ ਅੱਜ ਦੀ ਡੇਟ ਹੈ ਤੁਸੀਂ رابطہ ਕਰ ਸਕਦੇ ਹੋ 17 ਨਵੰਬਰ ਬਰੋਜ਼ इतਵਾ ਦੇ ਨਾ ਵੀਡੀਓ ਹੈ